अच्छा ਪਹਿਲਾਂ ਤਾਂ ਅੱਜ ਦਾ ਏਜੰਡਾ ਕੀ ਹੈ ਜੀ? ਕਿਸ ਤਰ੍ਹਾਂ ਦਾ ਦੌਰਾ ਹੈਗਾ ਤੁਹਾਡਾ? ਏਜੰਡਾ ਦੇਖੋ, ਇੱਕ ਜਨਰਲ ਵਿਜ਼ਿਟ ਸੀਗੀ। ਜਦ ਡੀਜੀ ਕੋਈ ਵੀ ਜਨਰਲ ਵਿਜ਼ਿਟ ਕਰਦੇ ਆ ਤਾਂ ਉਹਦੇ ਵਿੱਚ ਕ੍ਰਾਈਮ ਵੀ ਡਿਸਕਸ ਹੁੰਦਾ, ਉਹਦੇ 'ਚ ਜੋ ਆਪਣੀ ਮੇਨ ਸਮੱਸਿਆ ਚੱਲ ਰਹੀ ਹੈ ਅੱਜ ਕੱਲ੍ਹ, ਚਾਹੇ ਉਹ ਡਰੱਗਸ ਦੀ ਸਮੱਸਿਆ ਹੈ, ਚਾਹੇ ਉਹ ਗੈਂਗਸਟਰ ਦੀ ਸਮੱਸਿਆ ਹੈ, ਚਾਹੇ ਉਹ ਕੋਈ ਰੈਡੀਕਲਸ ਦੀ ਸਮੱਸਿਆ ਹੈ, ਤਾਂ ਉਹ ਸਾਰੀ ਗੱਲਾਂ ਫਿਰ ਡਿਸਕਸ ਹੁੰਦੀਆਂ। ਫਿਰ ਇਹ ਵੀ ਦੇਖਿਆ ਜਾਂਦਾ ਵੀ ਕ੍ਰਾਈਮ ਵਾਲੇ ਪੱਖੋਂ ਜੋ ਪੁਲਿਸ ਸਟੇਸ਼ਨ ਦੀ ਇੱਕ ਸਾਡੀ ਇੰਸਪੈਕਸ਼ਨਸ ਹੁੰਦੀਆਂ, ਕਿਆ ਉਹ ਰੈਗੂਲਰਲੀ ਇੰਸਪੈਕਸ਼ਨਸ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਫਿਰ ਮੁਲਾਜ਼ਮਾਂ ਦੇ ਕਈ ਸਮੱਸਿਆ ਹੁੰਦੀਆਂ, ਉਹਨਾਂ ਦੇ ਵੈਲਫੇਅਰ ਸੰਬੰਧਿਤ ਹੁੰਦੀਆਂ, ਉਹ ਡਿਸਕਸ ਕੀਤੀ ਜਾਂਦੀ ਹੈ। ਤਾਂ ਅੱਜ ਦਾ ਮੇਨ ਏਜੰਡਾ ਇਹ ਸੀਗਾ। ਤੁਹਾਡਾ ਜੀ ਡਰੱਗ ਦਾ ਐਕਸ਼ਨ ਪਲਾਨ ਕੀ ਚੱਲ ਰਿਹਾ ਸਟੇਟ ਦੇ ਵਿੱਚ ਇਸ ਤਰ੍ਹਾਂ, ਕਿੱਥੇ ਤੱਕ ਸਫਲਤਾ ਮਿਲ ਗਈ ਆਪਾਂ? ਦੇਖੋ, ਜਿਹੜੇ ਡਰੱਗਸ ਦੀ ਸਫਲਤਾ ਦੀ ਗੱਲ ਕਰਦੇ ਹੋ, ਇੱਕ ਤਾਂ ਹੁਣ ਸਰਕਾਰ ਨੇ STF ਬਣਾਈ ਹੈ, ਜਿਨ੍ਹਾਂ ਦਾ ਸਿਰਫ 24x7 ਜਿਹਨੂੰ ਆਪਾਂ ਕਹਿੰਦੇ ਹਾਂ ਫੋਕਸ ਡਰੱਗਸ ਦੇ ਖਿਲਾਫ ਕੰਮ ਕਰਨਾ ਹੀ ਹੈਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਜ਼ਿਲ੍ਹੇ ਹੈ, ਜਿਹੜੇ ਸਾਰੇ SSP ਸਾਹਿਬਾਨ ਹੈ, ਉਹਨਾਂ ਦੇ ਨਾਲ ਵੀ ਇਹ ਰਾਬਤਾ ਰੱਖਿਆ ਜਾਂਦਾ ਹੈ ਕਿ ਵੀ ਜਿਹੜੀ ਵੀ ਜਿੱਥੇ ਵੀ ਡਰੱਗ ਦੀ ਕੋਈ ਸਮੱਸਿਆ ਹੈਗੀ ਉਹਦੇ ਉੱਤੇ ਕਾਰਵਾਈ ਹੋਵੇ, ਔਰ ਕੋਈ ਵੀ ਕਿਸੇ ਤਰੀਕੇ ਦੀ ਅਣਗਹਿਲੀ ਕਹਿ ਲਓ ਜਾਂ ਅਪਰੋਚ ਕਹਿ ਲਓ ਜਾਂ ਇੰਟਰਫੀਰੈਂਸ ਕਹਿ ਲਓ, ਐਸੀ ਕੋਈ ਗੱਲ ਨਾ ਹੋਵੇ। ਸਰ, ਔਰ ਸਫਲਤਾ ਕਿੰਨੀ ਕੁ ਮਿਲੀ ਹੈ ਡਰੱਗਸ ਵਾਲੇ ਮਾਮਲੇ 'ਚ, ਗੈਂਗਸਟਰ ਵਾਲੇ ਮਾਮਲੇ 'ਚ? ਦੇਖੋ, ਜੇ ਆਪਾਂ ਪਰਸੈਂਟੇਜ ਵਾਈਜ਼ ਸਫਲਤਾ ਦੀ ਗੱਲ ਕਰੀਏ ਤਾਂ ਇਹਦਾ ਕੋਈ ਮਾਪਦੰਡ ਨਹੀਂ ਹੁੰਦਾ, ਲੇਕਿਨ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਬਈ ਕਿਉਂਕਿ ਪਹਿਲਾਂ ਇਲੈਕਸ਼ਨ ਦੇ ਵਿੱਚ ਹੁੰਦਾ ਕਿ ਵੀ ਮੁਲਾਜ਼ਮ ਦੀ ਕਾਫੀ ਬਦਲੀਆਂ ਹੁੰਦੀਆਂ, ਇਲੈਕਸ਼ਨ ਤੋਂ ਪਹਿਲਾਂ ਹੁੰਦਾ ਕਿ ਕਾਫੀ ਬਦਲੀਆਂ ਹੁੰਦੀਆਂ, ਫਿਰ ਜਦ ਨਈ ਸਰਕਾਰ ਆਉਂਦੀ ਹੈ ਫਿਰ ਹੁਣ ਜੋ ਸਟੇਬਿਲਿਟੀ ਆ ਗਈ ਹੈ, ਸਾਡੇ ਅਫਸਰ ਸਾਰੇ ਲੱਗ ਗਏ ਹੈ, ਹੁਣ ਸਾਡਾ ਕੰਮ ਚੱਲ ਪਿਆ, ਇਹਦੇ ਸਾਨੂੰ ਕਾਫੀ ਸਫਲਤਾ ਮਿਲ ਰਹੀ ਹੈ। ਔਰ ਗੈਂਗਸਟਰ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਮੁਹਿੰਮ ਚਲਾਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਮੋਟੀਵੇਟ ਕਰਨ ਦੀ, ਉਹ ਮੁਹਿੰਮ ਕਿੱਥੇ ਤੱਕ ਪਹੁੰਚੀ ਹੈ ਜੀ? ਦੇਖੋ, ਇਹ ਚੀਜ਼ਾਂ ਐਸੀਆਂ ਹੁੰਦੀਆਂ ਕਿ ਜਦ ਤੱਕ ਸਿਰੇ ਨਾਲ ਚੜ ਜਾਏ ਉਹਨੂੰ ਅਸੀਂ ਇੱਕ ਪਬਲਿਕ ਡੋਮੇਨ 'ਚ ਲੈ ਆਈਏ ਤਾਂ ਕਈ ਵਾਰ ਜਿਹੜਾ ਪੀਅਰ ਪ੍ਰੈਸ਼ਰ ਹੁੰਦਾ ਨਾ ਉਹ ਫਿਰ ਕੰਮ ਕਰਨ ਲੱਗ ਜਾਂਦਾ ਹੈ। ਜਿਵੇਂ ਸਪੋਜ਼ ਕਰ ਲਓ ਕੋਈ ਲੈਟਰ ਸੇ ਕਿ ਵੀ ਕੋਈ ਗੈਂਗ ਮੈਂਬਰ 10 ਹੈ, ਜੇ 10  'ਚ ਪਤਾ ਲੱਗ ਜਾਏ ਯਾਰ ਕਿ ਵੀ ਇਹ ਤਾਂ ਹਲਾ ਇੱਧਰਲੇ ਪਾਸੇ ਸੋਚ ਰਿਹਾ, ਉਹ ਫਿਰ ਉਹਨੂੰ ਫਿਰ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਮੈਂ ਤੁਹਾਨੂੰ ਡਿਟੇਲ ਨਹੀਂ ਦੇ ਸਕਦਾ, ਲੇਕਿਨ ਗੈਂਗਸਟਰ ਸੋਸ਼ਲ ਮੀਡੀਆ 'ਤੇ ਬੜੇ ਐਕਟਿਵ ਹੋਏ ਹੋਏ ਨੇ, ਪਰ ਜੇਲ੍ਹਾਂ ਦੇ ਵਿੱਚੋਂ 862 ਜੇਲ੍ਹਾਂ ਦੇ ਵਿੱਚੋਂ 862 ਮੋਬਾਈਲ ਫੜੇ ਗਏ ਨੇ ਹੁਣ ਤੋਂ ਲੈ ਕੇ 26 ਜੇਲ੍ਹਾਂ ਦੇ ਵਿੱਚੋਂ 26 ਜੇਲ੍ਹਾਂ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਐਕਟਿਵ ਨੇ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਰਹਿੰਦਾ ਕਰ? ਦੇਖੋ, ਇਹ ਅਗੇਨ ਮੈਂ ਤੁਹਾਨੂੰ ਜੋ ਦੱਸਿਆ ਕਿ ਵੀ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਲਗਾਤਾਰ ਕਰਨ ਵਾਲੀਆਂ ਹੁੰਦੀਆਂ। ਜੇ ਆਪਾਂ ਇਹ ਸੋਚੀਏ ਕਿ ਵੀ ਜਦ ਵੀ ਅਸੀਂ ਸਰਚ ਕਰਦੇ ਹਾਂ ਜ਼ਰੂਰ ਫੜੇ ਜਾਂਦੇ ਹੈ, ਪਰ ਜੇ ਤੁਸੀਂ ਇਹ ਦੇਖੋ ਕਿ ਵੀ ਪਹਿਲੀ ਸਰਚ ਹੋਈ ਕਿੰਨੇ ਫੜੇ ਗਏ, ਦੂਜੀ ਸਰਚ ਕਿੰਨੇ ਫੜੇ ਗਏ, ਤਾਂ ਉਹਦੇ 'ਚ ਨੰਬਰ ਵੀ ਘੱਟਦਾ। ਕਈ ਜਗ੍ਹਾ ਸਾਡੇ ਜੈਮਰ ਲੱਗੇ ਹੋਏ ਹੈ, ਉਹ ਵੀ ਇਸ ਚੀਜ਼ ਨੂੰ ਕਾਮਯਾਬ ਕਰਦੇ ਹੈ, ਕਈ ਜਗ੍ਹਾ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਇੱਕ ਜਿਹੜੀ ਲੜਾਈ ਹੁੰਦੀ ਹੈ ਇਹ ਔਨਗੋਇੰਗ ਲੜਾਈ ਹੁੰਦੀ ਹੈ। ਜੇ ਅਸੀਂ ਇਹ ਸੋਚੀਏ ਕਿ ਬਈ ਇਹਦੇ ਨਾਲ ਇੱਕ ਪੁਆਇੰਟ 'ਤੇ ਕੰਮ ਖਤਮ ਹੋ ਜਾਂਦਾ, ਉਹ ਘੱਟ ਜਾਂਦਾ। ਪਰ ਇੱਕੀ ਗੌਂਡਰ ਬੜਾ ਸਰਗਰਮ ਪੰਜਾਬ ਪੁਲਿਸ ਦੇ ਲਈ ਚੈਲੇਂਜ ਬਣਿਆ ਹੋਇਆ, ਅਤੇ ਸ਼ਰੇਆਮ ਉਹਦੇ ਜਿਹੜੇ ਸਾਥੀ ਨੇ ਦੂਜੇ ਗਰੁੱਪ ਦੇ ਗੈਂਗ ਦੇ ਬੰਦਿਆਂ ਨੂੰ ਚੱਕ ਕੇ ਕੁੱਟਮਾਰ ਕਰ ਰਹੇ ਨੇ, ਉਹਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਰਹੇ ਨੇ, ਪਰ ਪੰਜਾਬ ਪੁਲਿਸ ਦੇ ਹੱਥ ਹੱਲ ਤੱਕ ਵਿੱਕੀ ਗੌਂਡਰ ਨਹੀਂ ਲੱਗ ਸਕੇ, ਕੀ ਕਾਰਨ? ਦੇਖੋ, ਇਸ ਤਰ੍ਹਾਂ ਹੈਗਾ, ਅਗੇਨ ਲੈਟ ਅਸ ਸੇ ਕਿ ਵੀ ਜੇ ਆਪਾਂ ਨਾਭਾ ਜੇਲ੍ਹ ਬ੍ਰੇਕ ਤੋਂ ਲੈ ਕੇ ਚੱਲੀਏ, ਪਹਿਲਾਂ ਇਹ ਸਾਰੇ ਜੇਲ੍ਹ 'ਚ ਸੀ ਨਾ। ਜੇ ਆਪਾਂ ਇਸ ਬੰਦੇ ਦੀ ਗੱਲ ਕਰੀਏ, ਕਿਉਂਕਿ ਹੁੰਦਾ ਕੀ ਹੈ ਕਿ ਜਿੰਨਾ ਅਸੀਂ ਜ਼ਿਆਦਾ ਨਾਂ ਲੈਂਦੇ ਹਾਂ ਤੁਸੀਂ ਉਹਨੂੰ ਉਨੀ ਹੀ ਸ਼ੋਹਰਤ ਦੇਈ ਜਾਂਦੇ ਹੋ, ਇਹਨਾਂ ਨੂੰ ਇੰਨੀ ਸ਼ੋਹਰਤ ਦੇਣ ਦੀ ਲੋੜ ਨਹੀਂ ਹੁੰਦੀ, ਅਤੇ ਇਸ ਕਰਕੇ ਮੈਂ ਤਾਂ ਨਾਮ ਹੀ ਲੈਣਾ ਪਸੰਦ ਨਹੀਂ ਕਰਦਾ ਨਾ। ਪਹਿਲਾਂ ਵੀ ਫੜ ਕੇ ਅੰਦਰ ਕੀਤਾ ਸੀ, ਫਿਰ ਨਸੇ ਉਹਦੇ 'ਚੋਂ ਚਾਰ ਫਿਰ ਅੰਦਰ ਪਹੁੰਚ ਗਏ, ਅਤੇ ਇਹ ਟਾਈਮ ਦੀ ਗੱਲ ਹੈ। ਦੇਖੋ, ਇਸ ਤਰ੍ਹਾਂ ਹੈਗਾ ਕਿ ਦੀਜ਼ ਆਰ ਦੀ ਓਪਰੇਸ਼ਨਲ ਡਿਟੇਲਸ, ਦੇਰ ਇਜ਼ ਨੋ ਪੁਆਇੰਟ ਸ਼ੇਅਰਿੰਗ ਦਿਸ ਥਿੰਗ ਵਿਦ ਦਾ ਮੀਡੀਆ ਕਿ ਵਟ ਵੀ ਹੈਵ ਵਟ ਵੀ ਡੋਂਟ ਹੈਵ। ਵਟ ਯੂ ਨੋ ਪੀਪਲ ਵਾਂਟ ਟੂ ਸੀ ਐਂਡ ਵਟ ਮੀਡੀਆ ਵਾਂਟ ਟੂ ਸ਼ੋ ਇਜ਼ ਦੈਟ ਵੈਨ ਦੇਰ ਇਜ਼ ਅ ਕੰਕਰੀਟ ਰਿਜ਼ਲਟ। ਸੋ ਟਰਸਟ ਅਸ, ਦਿਸ ਵਿਲ ਬੀ ਸਟੇਟ ਮੂਰੇ ਜਾਂ ਪੰਜਾਬ ਮੂਰੇ ਜਾਂ ਪੁਲਿਸ ਮੂਰੇ, ਕੀ ਚੈਲੇਂਜ ਗਿਣਦੇ ਹੋ ਤੁਸੀਂ ਅੱਜ ਦੀ ਘੜੀ? ਦੇਖੋ, ਸਾਡੇ ਵਾਸਤੇ ਬੇਸਿਕਲੀ ਮੈਂ ਸਮਝਦਾ ਕਿ ਮੇਨ ਤਿੰਨ ਚੈਲੇਂਜਿਸ ਹੈ।
वन इज़ ड्रग्स, सैकेंड इज़ गैंगस्टर्स एंड थर्ड इज़ रेडिकल स्पोंसर टैरिज़म जिन्हों आप कहने हैं। सो दीज आर द थ्री मेन चैलेंजेस। बाकी नॉर्मल क्राइम इज नेवर अ चैलेंज फॉर पंजाब पुलिस। देखो अनलेस अंटिल वी गेट यू नो ऑफिशियल कन्फर्मेशन आई विल नॉट बिलीव ऑन दीज थिंग्स। सो दिस कुड बी अ डिस इन्फॉर्मेशन ऑल्सो। माता चांद कौर का वैसा अदरवाइज सी बी आई कोल हैगा और बाकी एक गगनेजा जी वाला केस भी सी बी आई कर रही है। सो ये साडा एक वीक एरिया हैगा। लेकिन तुसी उस तो मान के चलो कि भाई जिनी पंजाब पुलिस इस पक्षों मेहनत कर रही है और उदा सिट्टा ही हैगा कि भाई हुण जिहड़ा अपना यह फरीदकोट प्रेमी वाला कतल सीगा वो तुसी अज अखबार से देखिया होना है वो साडा ट्रेस हो गया है उदे राही होर सानू कई इन्वेस्टिगेशन लीड मिली है तो हो सकता है कि भाई कोई ना कोई होर साडा केस ट्रेस हो। थैंक यू। Thank you.